ते हुण विरोधी पार्टियां कोल कोई मुद्दे की गल नहीं रह गई, उन्हां दे कोल बस कूड़ प्रचार करन नूं रह गए। जिवें मानयोग बाजवा साहब वख-वख स्टेजा तों इह कहिंदे आ कि जिहड़े साडे सामने MLA जित के आए आ कोई मोबाइल रिपेयर करदा, ਇਹ ਕਿਹੜਾ ਮਟੀਰੀਅਲ, ਜਿਹੜੇ ਵੱਖ ਵੱਖ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਬੋਲੀ ਜਾਂਦੀ ਆ, ਇਹ ਸ਼ਬਦਾਵਲੀ ਸਾਡੇ MLA ਸਾਹਿਬਾਨਾਂ ਨੂੰ, ਸਾਡੇ ਮੰਤਰੀਆਂ ਨੂੰ ਨਹੀਂ ਬੋਲੀ ਜਾਂਦੀ, ਇਹ ਸ਼ਬਦਾਵਲੀ ਪੂਰੀ ਪੰਜਾਬ ਦੀ ਜਨਤਾ ਨੂੰ ਬੋਲੀ ਜਾਂਦੀ ਆ। ਲੋਕ ਬੜੇ ਸਿਆਣੇ ਹੋ ਗਏ ਆ, ਲੋਕਾਂ ਨੂੰ ਪਤਾ ਕਿ ਮੁੱਦੇ ਦੀ ਗੱਲ ਕਰੋ, ਇਹ ਕੋਈ ਮੁੱਦਾ ਨਹੀਂ। ਤੇ ਆਮ ਘਰਾਂ ਚੋਂ ਹੀ ਜੇ ਪਹਿਲਾਂ ਵੀ MLA ਮੰਤਰੀ ਬਣਦੇ ਰਹੇ ਆ, ਕਿਤੇ ਬਾਜਵਾ ਸਾਹਿਬ ਜਾਂ ਮਜੀਠੀਆ ਸਾਹਿਬ ਇੱਕ ਸਿੱਧੇ MLA ਜਾਂ ਮੰਤਰੀ ਨਹੀਂ ਜਦੋਂ ਜਨਮ ਲਿਆ ਉਦੋਂ ਸਨ। ਹਰੇਕ ਬੰਦਾ ਪਹਿਲਾਂ ਆਮ ਘਰ ਚੋਂ ਹੀ ਆਉਂਦਾ, ਆਮ ਪਰਿਵਾਰ ਚੋਂ ਹੀ ਆਉਂਦਾ। ਜੇ ਆਪਾਂ ਗੱਲ ਕਰੀਏ ਇਬਰਾਹਿਮ ਲਿੰਕਨ ਦੀ, ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਰਹੇ ਆ, ਉਹ ਵੀ ਇੱਕ ਆਮ ਪਰਿਵਾਰ ਚੋਂ, ਇੱਕ ਕਿਸਾਨ ਦੇ ਪੁੱਤ ਸਨ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਆ। ਅਤੇ ਜੇ ਆਪਣੇ ਰਾਸ਼ਟਰਪਤੀ ਹੁਣ ਦੇ ਰਾਸ਼ਟਰਪਤੀ ਦੀ ਗੱਲ ਕਰੀਏ, ਸਾਡੇ ਜਿਹੜੇ ਹੁਣ ਮੌਜੂਦਾ ਰਾਸ਼ਟਰਪਤੀ ਨੇ ਦ੍ਰੋਪਦੀ ਮੁਰਮੂ ਜੀ, ਉਹ ਵੀ ਇੱਕ ਆਦਿਵਾਸੀ ਪਰਿਵਾਰ ਚੋਂ, ਇੱਕ ਆਮ ਪਰਿਵਾਰ ਚੋਂ ਰਾਸ਼ਟਰਪਤੀ ਬਣੇ ਨੇ। ਜੇ ਕੋਈ ਟਿੱਪਣੀ ਕਰਦਾ, ਕਿਸੇ 'ਤੇ ਨਿੱਜੀ ਹਮਲਾ ਕਰਦਾ, ਉਹ ਕਿਸੇ MLA ਮੰਤਰੀ 'ਤੇ ਨਿੱਜੀ ਹਮਲਾ ਨਹੀਂ ਕਰਦਾ, ਉਹ ਪੰਜਾਬ ਦੀ 3 ਕਰੋੜ ਜਨਤਾ 'ਤੇ ਹਮਲਾ ਕਰਦਾ। ਲੋਕ ਸਿਆਣੇ ਹੋ ਚੁੱਕੇ, ਲੋਕਾਂ 'ਚ ਅੱਗੇ ਵਾਲੀ ਗੱਲ ਨਹੀਂ ਰਹੀ ਕਿ ਇੱਕ ਪਿੰਡ ਕੁਝ ਬੋਲ ਜਾਓ, ਦੂਜੇ ਪਿੰਡ ਦੂਜੀ ਸਟੇਜ ਤੋਂ ਕੁਝ ਬੋਲ ਜਾਓ। ਲੋਕ ਇਹ ਚਾਹੁੰਦੇ ਆ ਕਿ ਸਾਡੇ ਪੰਜਾਬ ਦਾ ਵਿਕਾਸ ਹੋਵੇ, ਲੋਕ ਇਹ ਚਾਹੁੰਦੇ, ਜਿਵੇਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਲੋਕਾਂ ਦੀ ਸੇਵਾ ਕੀਤੀ ਆ, ਸਾਨੂੰ ਇਹੋ ਜਿਹਾ ਮਸੀਹਾ ਮੁੱਖ ਮੰਤਰੀ ਚਾਹੀਦਾ, ਅਤੇ ਉਹ ਲੋਕਾਂ ਨੂੰ ਮਿਲ ਗਿਆ। ਅਤੇ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਲੀਡਰ ਜਲੰਧਰ ਦੇ ਵਿੱਚ ਹਮਦਰਦ ਜੀ ਦੇ ਹੱਕ ਦੇ ਵਿੱਚ ਆਏ ਆ, ਜੇ ਹਮਦਰਦ ਜੀ ਨੂੰ ਕੋਈ ਨਹੀਂ ਸੀ ਡਰ, ਜੇ ਕੁਝ ਗਲਤ ਨਹੀਂ ਕੀਤਾ, ਤਾਂ ਵਿਜੀਲੈਂਸ ਦੀ ਜਿਹੜੀ ਇਨਕੁਆਇਰੀ ਉਹ ਜੁਆਇਨ ਕਰਦੇ। ਜਿਹਨੇ ਗਲਤ ਨਹੀਂ ਕੀਤਾ, ਵਿਜੀਲੈਂਸ ਉਹਦੇ 'ਤੇ ਕੁਝ ਵੀ ਗਲਤ ਨਹੀਂ ਕਰਦੀ, ਕਾਨੂੰਨ ਅਨੁਸਾਰ ਵਿਜੀਲੈਂਸ ਸਾਹਿਬ ਦਾ ਕੰਮ ਕਰਦੀ ਆ। ਅਤੇ ਜਿਹਨੇ ਕੁਝ ਗਲਤ ਨਹੀਂ ਕੀਤਾ ਉਹਨੂੰ ਡਰ ਨਹੀਂ ਹੋਣਾ ਚਾਹੀਦਾ। ਅਤੇ ਮੈਂ ਵਿਰੋਧੀਆਂ ਦੀ ਗੱਲ ਕਰਾਂ, ਵਿਰੋਧੀ ਜੇ ਇਹਨਾਂ ਨੇ ਵਾਕਈ ਕਿਸੇ 'ਤੇ ਸਾਥ ਦੇਣਾ ਸੀ, ਤਾਂ ਵੇਖੋ ਭਲਿਓ ਮਾਨਸੋ, ਤੁਸੀਂ ਇੱਕ ਦਿਨ ਅਕਾਲੀ ਦਲ ਵਾਲੇ ਸਾਥ ਦੇ ਦਿੰਦੇ, ਦੂਜੇ ਦਿਨ ਕਾਂਗਰਸ ਵਾਲੇ ਸਾਥ ਦੇ ਦਿੰਦੇ, ਤੀਜੇ ਦਿਨ BJP ਵਾਲੇ ਸਾਥ ਦੇ ਦਿੰਦੇ, ਪਰ ਨਹੀਂ, ਕਿਉਂਕਿ ਇਹ ਰਲੇ ਹੋਏ ਸਨ। ਪਹਿਲਾਂ ਇਹ ਪਰਦੇ ਤੋਂ ਪਿੱਛੇ, ਕੈਮਰੇ ਤੋਂ ਪਿੱਛੇ ਰਲ ਕੇ ਜੱਫੀਆਂ ਪਾਉਂਦੇ ਸਨ। ਉਸ ਦਿਨ ਜਿੱਦਣ ਜਲੰਧਰ ਦੇ ਵਿੱਚ ਇਹਨਾਂ ਇੱਕ ਸਟੇਜ ਸਾਂਝੀ ਕੀਤੀ, ਉਦਣ ਸਟੇਜ ਦੇ ਉੱਤੋਂ ਹੀ ਇਹਨਾਂ ਤਿੰਨਾਂ ਧਿਰਾਂ, ਚੌਹਾਂ ਧਿਰਾਂ ਨੇ ਸਟੇਜਾਂ ਦੇ ਉੱਤੇ ਜੱਫੀਆਂ ਪਾਈਆਂ। ਅਤੇ ਮੁੱਦਾ ਇਹਨਾਂ ਦਾ ਕੀ ਸੀ? ਬਸ ਮੁੱਦਾ ਇੱਕੋ ਸੀ, ਆਮ ਆਦਮੀ ਪਾਰਟੀ, ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ। ਇਕੱਲੇ ਸਰਦਾਰ ਭਗਵੰਤ ਸਿੰਘ ਮਾਨ ਤੋਂ ਇਹ ਡਰ ਰਿਹਾ, ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਰਵਾਇਤੀ ਪਾਰਟੀਆਂ ਦੀ ਵਾਰੀ ਨਹੀਂ ਆਉਣੀ, ਕਿਉਂਕਿ ਲੋਕ ਮੁੱਦਿਆਂ ਦੀ ਰਾਜਨੀਤੀ ਲੱਭਦੇ ਆ। ਲੋਕ ਕਿਸੇ ਵਿਅਕਤੀ 'ਤੇ ਜਿਹੜਾ ਕੋਈ ਦੂਸ਼ਣਬਾਜ਼ੀ ਕਰਦਾ ਉਹਦੀ ਰਾਜਨੀਤੀ ਨਹੀਂ ਲੱਭਦੇ। ਜੇ ਇਹਨਾਂ ਨੇ ਨਿੱਜੀ ਹਮਲੇ ਕੀਤੇ ਆ, ਤਾਂ ਉਹ ਲੋਕਾਂ ਨੇ ਇਸ ਗੱਲ ਦਾ ਗੁੱਸਾ ਮਨਾਇਆ। ਅਤੇ ਵੇਖੋ ਬਾਜਵਾ ਸਾਹਿਬ ਦੀ ਮੈਂ ਬਾਅਦ 'ਚ ਇੰਟਰਵਿਊ ਵੇਖੀ, ਜਿਹਦੇ 'ਚ ਇਹਨਾਂ ਸਕਰੀਨ 'ਤੇ ਚਲਾਇਆ ਕਿ ਕੇਜਰੀਵਾਲ ਸਾਹਿਬ ਆਪ ਖੁਦ ਕਹਿ ਰਹੇ ਆ ਕਿ ਸਾਡਾ ਮੋਬਾਈਲ ਰਿਪੇਅਰ ਵਾਲਾ ਜਿਹਨੇ ਮੁੱਖ ਮੰਤਰੀ ਨੂੰ ਹਰਾ ਤਾ। ਕੇਜਰੀਵਾਲ ਸਾਹਿਬ ਨੇ ਤਾਂ ਇਹ ਤਰਕ ਦਿੱਤਾ ਸੀ ਕਿ ਇੱਕ ਆਮ ਪਰਿਵਾਰ 'ਚੋਂ ਅਸੀਂ ਮੋਬਾਈਲ ਰਿਪੇਅਰ ਕਰਨ ਵਾਲੇ ਆਪਦੇ ਪੁੱਤ ਨੂੰ, ਆਮ ਘਰ ਦੇ ਪੁੱਤ ਨੂੰ ਟਿਕਟ ਦਿੱਤੀ ਆ, ਅਤੇ ਉਹਨੇ ਰਵਾਇਤੀ ਪਾਰਟੀਆਂ ਦਾ ਮੁੱਖ ਮੰਤਰੀ ਦਾ ਉਮੀਦਵਾਰ ਹਰਾਇਆ। ਅਤੇ ਸਾਧ ਸੰਗਤ, ਬਾਜਵਾ ਸਾਹਿਬ ਤੁਸੀਂ ਵੀ ਦੱਸੋ, ਜਦੋਂ ਤੁਸੀਂ ਦੋਹਰੀ ਆਰ ਜਿਹੜੀ ਉਹ ਸਕਰੀਨ 'ਚ ਲਾ ਕੇ ਤਰਕ ਦੇ ਰਹੇ ਸੋ, ਕਿ ਮੈਂ ਵੀ ਉਹ ਵੀ ਕਿਹਾ, ਤੁਸੀਂ ਅੱਖਾਂ ਦੇ ਵਿੱਚ ਜਿਹੜੀ ਤੁਹਾਡੇ ਸ਼ਰਮ ਸੀ, ਜਿਹੜੀਆਂ ਤੁਸੀਂ ਅੱਖਾਂ ਮਿਲਾ ਨਹੀਂ ਰਹੇ ਸੀ ਲੋਕਾਂ ਨਾਲ, ਤੁਸੀਂ ਜਿਹੜੇ ਤਰਕ ਨਾਲ ਗੱਲ ਕੀਤੀ, ਤੁਸੀਂ ਲੋਕਾਂ 'ਤੇ ਹਮਲਾ ਕੀਤਾ। ਤੁਸੀਂ ਜਿਵੇਂ ਕੇਜਰੀਵਾਲ ਸਾਹਿਬ ਨੇ ਤਰਕ ਨਾਲ ਗੱਲ ਕੀਤੀ, ਉਸ ਤਰਕ ਨਾਲ ਨਹੀਂ ਕੀਤੀ, ਤੁਸੀਂ ਅਗਲੇ ਨੂੰ ਨੀਚਾ ਦਿਖਾਉਣ ਵਾਲੀ ਗੱਲ ਕੀਤੀ। ਲੋਕ ਸਾਰਾ ਕੁਝ ਸਮਝਦੇ ਨੇ, ਜੋ ਮਰਜ਼ੀ ਤੁਸੀਂ ਝੂਠੀ ਪਿਆਜ਼ਬਾਜ਼ੀ ਕਰ ਲਓ, ਜੋ ਮਰਜ਼ੀ ਤੁਸੀਂ ਦੂਸ਼ਣਬਾਜ਼ੀ ਕਰ ਲਓ, ਪਰ ਲੋਕ ਇਹ ਨਹੀਂ ਬਰਦਾਸ਼ਤ ਕਰਨਗੇ। ਇਹਨਾਂ ਕੋਲ ਤਾਂ ਇਹ ਕੰਮ ਆ ਗਿਆ ਕਿ ਕਮੇਡੀ ਕਰ ਲੈਣ, ਕਮੇਡੀ ਇਹਨਾਂ ਦੀ ਚੱਲ ਜਾਏਗੀ, ਕਿਉਂਕਿ ਇਹ ਜਿਹੜੀਆਂ ਗੱਲਾਂ ਕਰਦੇ ਆ ਖੁਦ ਹੀ ਲਾਗੇ ਬੈਠੇ ਇਹਨਾਂ ਦੇ ਲੀਡਰ ਹੱਸ ਲੈਂਦੇ ਆ, ਇਹਨਾਂ ਦੇ ਜਿਹੜੇ ਸਾਥੀ ਹੁੰਦੇ ਆ ਉਹ ਇਹਨਾਂ ਦੀਆਂ ਗੱਲਾਂ 'ਤੇ ਹੱਸਦੇ ਆ, ਸਿਰਫ ਇਹ ਲੀਡਰ ਜਿਹੜੇ ਰਵਾਇਤੀ ਪਾਰਟੀਆਂ ਦੇ ਆ ਇਹ ਕਮੇਡੀ ਕਰਨ ਜੋਗੇ ਰਹਿ ਗਏ, ਪੰਜਾਬ ਦੇ ਮੁੱਦਿਆਂ ਦੀ, ਪੰਜਾਬ ਦੇ ਵਿਕਾਸ ਦੀ ਗੱਲ ਕਰਨ ਜੋਗੇ ਨਹੀਂ ਰਹਿ ਗਏ।